ਅੱਜ ਇੱਕ ਮੇਜਰ ਸਵਾਲ ਹੈ ਪੰਜਾਬ ਦੇ ਅੰਦਰ ਜਿਹੜਾ ਪਿਛਲੇ ਦਿਨਾਂ ਤੋਂ ਚਰਚਾ ਦੇ ਵਿੱਚ ਆ, ਉਹ ਹੈ ਪੰਜਾਬ ਦੇ ਅੰਦਰ ਸਟੋਰੇਜ ਨੂੰ ਲੈ ਕੇ, ਸਪੇਸ ਨੂੰ ਲੈ ਕੇ। ਸੋ ਕਿਉਂਕਿ ਵਿਸ਼ੇਸ਼ ਤੌਰ ਤੇ ਜਦੋਂ ਪੈਡੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ, 1 ਅਕਤੂਬਰ ਤੋਂ ਪੰਜਾਬ ਦੇ ਅੰਦਰ ਝੋਨੇ ਦੀ ਸਰਕਾਰੀ ਖਰੀਦ ਆਰੰਭ ਹੈ। ਸੋ ਭਾਵੇਂ ਅਜੇ 2-3 ਦਿਨ ਹੀ ਹੋਏ ਆ, ਲੇਕਿਨ ਸਰਕਾਰੀ ਤੌਰ ਤੇ ਖਰੀਦ ਜਿਹੜੀ ਮੰਡੀਆਂ 'ਚ ਜਾਰੀ ਹੈ, ਲੇਕਿਨ ਇਹਨਾਂ ਦਿਨਾਂ ਦੇ ਦੌਰਾਨ ਜਾਂ ਪਿਛਲੇ ਕੁਝ 15-20 ਦਿਨਾਂ ਤੋਂ ਜਿਹੜੀ ਇੱਕ ਪੰਜਾਬ ਦੇ ਅੰਦਰ ਸਥਿਤੀ ਨੂੰ ਪੈਨ ਕ੍ਰੀਏਟ ਕਰਨ ਦਾ ਯਤਨ ਕੀਤਾ ਜਾ ਰਿਹਾ ਸੀਗਾ ਕਿ ਪੰਜਾਬ 'ਚ ਸਪੇਸ ਨਹੀਂ ਹੈ, ਸਪੇਸ ਨਹੀਂ ਹੈ, ਅਤੇ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਜਾਂ ਇਹਦਾ ਬਦਲ ਕੀ ਹੈਗਾ ਆ ਇਸ ਵੇਲੇ ਸਭ ਦੇ ਸਾਹਮਣੇ। ਸੋ ਮੈਂ ਤੁਹਾਡੇ ਰਾਹੀਂ, ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਜਿਹੜੀ ਗੱਲ ਸ਼ੇਅਰ ਕਰਨਾ ਚਾਹੁੰਦਾ, ਇਹ ਹੈ ਕਿ ਪੰਜਾਬ ਦੇ ਅੰਦਰ ਇਸ ਵੇਲੇ ਜਿਹੜਾ ਸਾਨੂੰ ਟਾਰਗੇਟ ਮਿਲਿਆ ਕੇਂਦਰੀ ਪੂਲ ਦੇ ਅੰਦਰ, ਉਹ 185 ਲੱਖ ਮੀਟਰਿਕ ਟਨ ਦਾ, 185 ਲੱਖ ਮੀਟਰਿਕ ਟਨ ਜਿਹੜਾ ਉਹ ਝੋਨਾ ਪੰਜਾਬ ਦੀ ਮੰਡੀਆਂ 'ਚ ਚੱਕ ਕੇ ਅਸੀਂ ਕੇਂਦਰੀ ਪੂਲ ਨੂੰ ਦੇਣਾ, ਔਰ ਇਹਦੀ ਜਿਹੜੀ ਮਿਲਿੰਗ ਹੋਣੀ ਹੈ ਉਹ ਲਗਭਗ 123 ਲੱਖ ਮੀਟਰਿਕ ਟਨ ਮਿਲਿੰਗ ਜਿਹੜੀ ਇਹਦੀ ਹੋਣੀ ਹੈ। ਸੋ ਜੇ ਇਹਦੇ ਵਿੱਚ 2 ਲੱਖ ਮੀਟਰਿਕ ਟਨ ਅਸੀਂ FRK ਪਾ ਲਈਏ ਤਾਂ ਟੋਟਲ 125 ਲੱਖ ਮੀਟਰਿਕ ਟਨ ਜਿਹੜਾ ਉਹ ਚਾਵਲ ਜਿਹੜੀ ਨਵਾਂ ਪੰਜਾਬ ਦੇ ਅੰਦਰ ਉਹ ਆਉਣਾ ਸਾਡੇ ਕੋਲ। ਸੋ ਪੰਜਾਬ ਦੇ ਅੰਦਰ ਜਿਹੜਾ ਇਸ ਵੇਲੇ ਸਥਿਤੀ ਹੈ ਸਟੋਰੇਜ ਦੀ, ਸਾਡੇ ਕੋਲ ਇਸ ਵੇਲੇ 54 ਲੱਖ ਮੀਟਰਿਕ ਟਨ ਕਣਕ ਪਈ ਹੈ, ਜਿਹਦੇ ਵਿੱਚ ਥੋੜੀ ਜਿਹੀ ਓਪਨ ਰੱਖੀ ਹੈ, ਤੇ ਲਗਭਗ 48 ਲੱਖ ਮੀਟਰਿਕ ਟਨ ਜਿਹੜੀ ਉਹ ਮਤਲਬ ਕਵਰਡ ਹੈ। ਸੋ 54 ਲੱਖ ਮੀਟਰਿਕ ਟਨ ਸਾਡੇ ਕੋਲ ਕਣਕ ਹੈਗੀ ਹੈ। ਸੋ 119 ਲੱਖ ਮੀਟਰਿਕ ਟਨ ਸਾਡੇ ਕੋਲ ਪੰਜਾਬ ਦੇ ਅੰਦਰ ਚਾਵਲ ਪਿਆ। ਸੋ ਕੁੱਲ ਮਿਲਾ ਕੇ 173 ਲੱਖ ਮੀਟਰਿਕ ਟਨ ਜਿਹੜਾ ਸਾਡੇ ਕੋਲ ਆਲਰੇਡੀ ਅਨਾਜ ਪੰਜਾਬ ਦੇ ਗਡਾਊਨਾਂ ਦੇ ਵਿੱਚ ਪਿਆ। ਸੋ 125 ਲੱਖ ਸਾਡੇ ਕੋਲ ਆਉਣ ਵਾਲਾ। ਹੁਣ ਅਗਲੀ ਗੱਲ ਇਹ ਹੈ ਵੀ ਲਗਾਤਾਰ ਪਿਛਲੇ 20-25 ਦਿਨਾਂ ਤੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਸੁਹਿਰਦ ਯਤਨਾਂ ਦੇ ਕਾਰਨ, ਉਹਨਾਂ ਦੀਆਂ ਪਹਿਲਕਦਮੀਆਂ ਦੇ ਕਾਰਨ, ਚਾਹੇ ਉਹ ਪਹਿਲਕਦਮੀ ਟੈਲੀਫੋਨ ਦੇ ਰਾਹੀਂ ਗੱਲਬਾਤ ਦੇ ਰੂਪ ਚ ਹੋਵੇ, ਚਾਹੇ ਉਹ ਪੱਤਰ ਵਿਹਾਰ ਦੇ ਰੂਪ ਚ ਹੋਵੇ, ਸੋ ਉਹਦਾ ਇਹ ਪ੍ਰਣਾਮ ਨਿਕਲਿਆ, ਉਹਦਾ ਇਹ ਮਤਲਬ ਸਿੱਟਾ ਨਿਕਲਿਆ ਕਿ FCI ਨੇ ਅਕਤੂਬਰ ਮਹੀਨੇ ਦੇ ਅੰਦਰ ਪੰਜਾਬ ਦੇ ਵਿੱਚੋਂ ਲਗਭਗ 15 ਲੱਖ ਮੀਟਰਿਕ ਟਨ ਜਿਹੜਾ ਉਹ ਅਨਾਜ ਚੱਕਣ ਦਾ ਫੈਸਲਾ ਕੀਤਾ। ਉਹਦੇ ਵਿੱਚ ਉਹਨਾਂ ਨੇ 15 ਜਿਹੜੀਆਂ ਸਪੈਸ਼ਲ ਨੇ ਉਹ ਰਾਈਸ ਲਈ ਲਾਈਆਂ ਨੇ, 5 ਜਿਹੜੀਆਂ ਨੇ ਉਹ ਬੀਟ ਲਈ ਲਾਈਆਂ ਨੇ। ਸੋ ਇਸ ਤੋਂ ਇਲਾਵਾ 3 ਵੱਡੇ ਕੰਟੇਨਰ ਤੋਂ ਕੁਝ ਰੋਡ ਦੇ ਰਾਹੀਂ ਆਵਾਜਾਈ ਦੇ ਸਾਧਨਾਂ ਦੇ ਰਾਹੀਂ ਵੀ ਉਹ ਜਿਹੜਾ ਵਿੱਚ ਉਹਨੂੰ ਸ਼ਾਮਲ ਕਰ ਲਈਏ, ਤੋਂ 15 ਲੱਖ ਮੀਟਰਿਕ ਟਨ ਜਿਹੜਾ ਪੰਜਾਬ ਦੇ ਗੋਡਾਊਨਾਂ ਦੇ ਵਿੱਚੋਂ ਉਹ ਅਨਾਜ ਚੱਕ ਕੇ ਉਹ ਬਾਹਰ ਮਤਲਬ ਲਿਜਾਣਗੇ। ਸੋ ਇਹ ਸਿਲਸਿਲਾ ਲਗਾਤਾਰ ਮਤਲਬ ਜਾਰੀ ਰਹਿਣਾ। ਸੋ ਅਸੀਂ ਕਹਿ ਸਕਦੇ ਹਾਂ ਕਿ ਅਪ ਟੂ ਦਸੰਬਰ, 31 ਦਸੰਬਰ ਤੱਕ ਪੰਜਾਬ ਦੇ ਗੋਦਾਮਾਂ ਦੇ ਵਿੱਚੋਂ 40 ਲੱਖ ਮੀਟਰਿਕ ਟਨ ਜਿਹੜਾ ਉਹ ਅਨਾਜ ਪੰਜਾਬ ਚੋਂ ਬਾਹਰ ਹੋਣਾ, ਸ਼ਿਫਟ ਹੋਣਾ। ਸੋ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਸਪੇਸ ਨੂੰ ਲੈ ਕੇ
ਮੈਂ ਸਮਝਦਾ ਵੀ ਉਹ ਸੰਕਟ ਨਹੀਂ ਹੈ। ਸੋ ਵੈਸੇ ਵੀ ਹਰ ਸਾਲ ਜਿਹੜਾ ਇਹ ਫੈਸਟੀਵਲ ਸੀਜ਼ਨ ਸਾਡਾ ਹੁੰਦਾ, ਜਦੋਂ ਮੈਂ 2-3-4 ਸੀਜ਼ਨਾਂ ਦੀ ਰਿਵਿਊ ਕੀਤਾ, ਝਾਤ ਮਾਰੀ ਆ, ਤੇ ਹਰ ਸਾਲ ਜਿਹੜਾ ਆ ਉਹ ਅਕਤੂਬਰ ਨਵੰਬਰ ਦਸੰਬਰ ਦੇ ਅੰਦਰ ਹੀ ਜਿਹੜਾ ਜ਼ਿਆਦਾਤਰ ਜਿਹੜੀ ਇੱਥੋਂ ਉਹ ਨਾਚ ਚੱਕ ਕੇ ਖੜਦੇ ਆ। ਸੋ ਕਿਉਂਕਿ ਪਿਛਲੇ ਸਾਲ ਸਾਡੀ ਮਿਲਣਗੀ ਜਨਵਰੀ ਦੇ ਵਿੱਚ ਸ਼ੁਰੂ ਹੋਈ ਆ, ਸੋ ਇਸ ਕਰਕੇ ਮਤਲਬ ਜਿਹੜਾ ਆ ਹੁਣ ਵੀ ਸਾਡੀ ਮਿਲਣ ਜਿਹੜੀ ਆ ਉਹ ਦਸੰਬਰ 'ਚ ਸ਼ੁਰੂ ਹੋਣੀ ਆ। ਸੋ ਬਸ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਕਿਸੇ ਵੀ ਤਰ੍ਹਾਂ ਦੀ ਸਪੇਸ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਏਗੀ। ਜੋ FCI ਨੇ ਪਲਾਨ ਸਾਨੂੰ ਦਿੱਤਾ ਅਕਤੂਬਰ ਦਾ, ਉਹ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ, ਔਰ ਇੱਕ ਚਿੱਠੀ ਵੀ ਆ ਜਿਹੜੀ ਉਹਨਾਂ ਨੇ ਜਿਹੜਾ ਉਹ FCI ਦੇ ਕੇਂਦਰੀ ਅਧਿਕਾਰੀ ਨੇ ਜਿਹੜੀ ਉਹਨਾਂ ਨੇ ਚਿੱਠੀ ਜਾਰੀ ਕੀਤੀ ਆ, ਉਹ ਵੀ ਮੈਂ ਮਤਲਬ ਤੁਹਾਡੇ ਨਾਲ ਜਿਹੜੀ ਅੱਜ ਮਤਲਬ ਸ਼ੇਅਰ ਕਰ ਰਿਹਾ, ਜਿਹਦੇ ਵਿੱਚ ਉਹਨਾਂ ਨੇ ਸਾਰਾ ਇਹ ਡਾਟਾ ਜੋ ਮੈਂ ਤੁਹਾਡੇ ਨਾਲ ਜਵਾਨੀ ਸ਼ੇਅਰ ਕੀਤਾ ਇਹ ਲਿਖਤੀ ਉਹਦੇ ਵਿੱਚ ਮਤਲਬ ਜਿਹੜਾ ਉਹਨਾਂ ਨੇ ਮਤਲਬ ਇਹਨੂੰ ਐਡਮਿਟ ਕੀਤਾ ਹੈ। ਇਹ ਪਲਾਨ ਹੈ ਉਹਨਾਂ ਦਾ ਅਕਤੂਬਰ ਦਾ। ਸੋ ਇਹ ਲਗਾਤਾਰ, ਸੋ ਇਹਦੇ ਨਾਲ ਦੀ ਨਾਲ ਪੰਜਾਬ ਦੇ ਅੰਦਰ ਅਸੀਂ ਜਿਹੜੇ ਉਹ ਗਡਾਊਨ ਬਣਾ ਰਹੇ ਹਾਂ ਜਿਹੜੇ PP ਮਾਡਲ ਦੇ ਰਾਹੀਂ ਦੇ ਤਹਿਤ, ਸੋ ਲਗਭਗ 9 ਲੱਖ ਮੀਟਰਿਕ ਟਨ ਜਿਹੜੀ ਸਮਰੱਥਾ ਉਹਨਾਂ ਦੀ ਵੀ ਮਤਲਬ ਫਰਵਰੀ ਮਾਰਚ ਦੇ ਅੰਦਰ ਅੰਦਰ ਬਣ ਜਾਣੀ ਹੈ। ਸੋ ਵੈਸੇ ਰੂਟੀਨ ਦੀ ਐਕਸਰਸਾਈਜ਼ ਆ, ਹਰ ਸਾਲ ਹਰ ਸੀਜ਼ਨ ਦੇ ਅੰਦਰ ਇਹ ਰੂਟੀਨ ਦੀ ਪ੍ਰੋਸੈਸ ਹੈਗਾ। ਸੋ ਮੈਨੂੰ ਲੱਗਦਾ ਹੈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜਿਹੜੀ ਉਹ ਨਹੀਂ ਆਏਗੀ। ਹਾਂ, ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਆਪਣੇ ਪੰਜਾਬ ਦੇ ਕਿਸਾਨ ਸੰਗਠਨਾਂ ਨੂੰ, ਕਿਸਾਨ ਦੋਸਤਾਂ ਨੂੰ, ਭਰਾਵਾਂ ਨੂੰ। ਅਸੀਂ ਖੁਦ ਵੀ ਉਹਨਾਂ ਲਹਿਰਾਂ 'ਚੋਂ ਆਏ ਹਾਂ, ਉਹਨਾਂ ਦੇ ਵਿੱਚੋਂ ਆਏ ਹਾਂ। ਨਾ ਤਾਂ ਸਾਨੂੰ ਕੋਈ ਉਹਨਾਂ ਦੇ ਮੰਗਾਂ ਦੇ ਕਿੰਤੂ ਹੈ, ਨਾ ਹੀ ਸਾਨੂੰ ਕੋਈ ਸੰਘਰਸ਼ ਦੇ ਕਿੰਤੂ ਹੈ, ਬਲਕਿ ਅਸੀਂ ਤਾਂ ਉਹਨਾਂ ਦੇ ਹਮਦਰਦ ਹਾਂ। ਸੋ ਮਾਨਯੋਗ ਮੁੱਖ ਮੰਤਰੀ ਲਗਾਤਾਰ ਉਹਨਾਂ ਦੇ ਮੰਗਾਂ ਨੂੰ, ਸਵਾਲਾਂ ਨੂੰ ਲੈ ਕੇ ਤਤਪਰ ਵੀ ਰਹਿੰਦੇ ਆ, ਉਹਤੇ ਅਮਲ ਵੀ ਕਰਦੇ ਆ, ਉਹਦੀਆਂ ਉਹਨੂੰ ਹਰ ਤਰ੍ਹਾਂ ਦੀ ਸਪੋਰਟ ਵੀ ਕਰਦੀ ਹੈ ਸਰਕਾਰ। ਬਸ ਮੇਰੀ ਇੱਕ ਹੰਬਲ ਰਿਕੁਐਸਟ ਹੈ ਵੀ ਸੰਘਰਸ਼ ਦਾ ਵੈਨਿਊ ਜਿਹੜਾ ਉਹਦੇ ਬਾਰੇ ਵਿਚਾਰ ਕੀਤਾ ਜਾਵੇ। ਜੇ ਸਾਡੀਆਂ ਰੇਲਾਂ ਦੀ ਜਾਂ ਸੜਕੀ ਆਵਾਜਾਈ ਰੁਕੇਗੀ, ਫਿਰ ਸਾਡੀ ਜਿਹੜੀ ਸਪੇਸ ਨੂੰ ਲੈ ਕੇ ਜਾਣ ਵਾਲੀਆਂ ਟ੍ਰੇਨਾਂ ਨੇ, ਜਿਹੜਾ ਮਾਲ ਚੱਕ ਕੇ ਪੰਜਾਬ 'ਚੋਂ ਉਹਨਾਂ ਨੇ ਬਾਹਰ ਖੜਨਾ, ਉਹਦੇ 'ਤੇ ਕੋਈ ਅਸਰ ਨਾ ਪਵੇ। ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੀ ਮੰਡੀ ਦੇ ਅੰਦਰ ਜਿਹੜੀ ਉਹ ਸਾਡੀ ਕੋਈ ਕਿਸੇ ਤਰ੍ਹਾਂ ਦੀ ਕਿਸਾਨ ਦੀ ਖੱਜਲ ਖੁਆਰੀ ਹੋਵੇ। ਸੋ ਇਹ ਮੈਂ ਉਹਨਾਂ ਨੂੰ ਹੰਬਲ ਰਿਕੁਐਸਟ ਕਰਦਾ ਹੋਇਆ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਇਹ ਕਲੀਅਰ ਕਰਦਾ ਵੀ ਕੱਲਾ ਦਾਣਾ ਮੰਡੀ 'ਚ ਚੱਕਾਂਗੇ। ਸੋ ਸਪੇਸ ਨੂੰ ਬਣਾਉਣ ਦੇ ਲਈ ਵੀ ਜਿਹੜੇ ਹੁਣ ਤੱਕ ਦੀ ਅਪਡੇਟ ਆ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ, ਜੇ 15 ਲੱਖ ਮੀਟਰਿਕ ਟਨ ਅਕਤੂਬਰ 'ਚ ਬਣਦੀ ਹੈ ਤੇ ਅਕਤੂਬਰ ਨਵੰਬਰ ਦਸੰਬਰ ਜਿਹੜੀ ਮੈਂ ਕਿਹਾ ਵੀ 40 ਲੱਖ ਮੀਟਰਿਕ ਟਨ ਦਾ, ਇਹ 'ਚ ਵਾਧਾ ਹੋਣ ਦੀ ਵੀ ਸੰਭਾਵਨਾ ਹੈਗੀ ਆ। ਇਹ 'ਚ ਕਈ ਸਬਸਟੀਟਿਊਟ ਹੋਰ ਵੀ ਆ, ਉਹ 'ਤੇ ਵਿਚਾਰ ਕੀਤਾ ਜਾ ਰਿਹਾ। ਸੋ ਇਹ ਸਪੇਸ ਨੂੰ ਲੈ ਕੇ ਜਿਹੜੀ ਮੇਰੀ ਮਤਲਬ ਸੰਖੇਪ ਦੇ ਵਿੱਚ ਮੈਂ ਤੁਹਾਡੇ ਨਾਲ ਮੇਰਾ ਜ਼ਿਕਰ ਕੀਤਾ, ਉਹ ਮੈਂ ਮਤਲਬ ਆਪਣਾ ਮਹਿਸੂਸ ਕਰਦਾ ਕਿ ਪੰਜਾਬ ਦੇ ਅੰਦਰ ਜਿਹੜੀ ਉਹ ਲੈ ਕੇ ਜਿਹੜੀ ਇੱਕ ਪੈਨਿਕ ਜੀ ਕੋਈ ਬਣਾਉਣ ਦੇ ਯਤਨ ਕੀਤੇ ਜਾ ਰਹੇ ਉਹ ਸਾਫ ਕੀਤੀ ਜਾਣੀ ਚਾਹੀਦੀ ਹੈ। ਟ੍ਰੇਨ 20 ਟ੍ਰੇਨਾਂ ਹਰ ਮਹੀਨੇ ਉਹ ਤੋਰਨਗੇ ਅਕਤੂਬਰ ਦੇ ਵਿੱਚ 20 ਟ੍ਰੇਨਾਂ, ਔਰ 20 ਟ੍ਰੇਨਾਂ ਤੋਂ ਇਲਾਵਾ 3 ਕੰਟੇਨਰ ਜਿਹੜੇ ਵੱਡੇ ਹੁੰਦੇ ਆ ਤੇ ਕੁਝ ਛੋਟੇ ਟਰੱਕ, ਮਤਲਬ ਉਹਨੂੰ 10 ਟੈਰੀ ਕਹਿ ਲਓ, 15 ਟੈਰੀ ਕਹਿ ਲਓ। ਸੋ ਇਹ ਟੋਟਲ ਮਿਲਾ ਕੇ ਜਿਹੜਾ ਆ ਉਹ 15 ਲੱਖ ਮੀਟਰ ਟਨ ਜਿਹੜਾ ਆ ਅਕਤੂਬਰ ਦੇ ਅੰਦਰ, ਫਿਰ ਨਵੰਬਰ ਦੇ ਅੰਦਰ, ਫਿਰ ਦਸੰਬਰ ਦੇ ਅੰਦਰ, ਇਹ ਉਹਨਾਂ ਦਾ ਰੂਟ ਮੈਪ ਹੈ।
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਹੋਰੀ ਕਹਿ ਰਹੇ ਨੇ ਕਿ ਕੇਂਦਰ ਨੇ ਤਾਂ ਸਾਰੇ ਪੈਸੇ ਭੇਜ ਦਿੱਤੇ ਹੋਏ ਨੇ, 44,000 ਕਰੋੜ ਦੇ ਕਰੀਬ ਭੇਜ ਦਿੱਤਾ, ਤਾਂ ਪੰਜਾਬ ਸਰਕਾਰ ਨਹੀਂ ਦੇ ਰਹੀ, ਖਰਚ ਨਹੀਂ ਕਰ ਰਹੀ, ਲਗਾ ਨਹੀਂ ਰਹੀ। ਪਹਿਲੀ ਗੱਲ ਤੇ ਇਹ ਹੈ ਵੀ ਜਿਹੜੀ CCL ਹੈ, CCL ਇਹ ਕੋਈ ਪੰਜਾਬ ਦਾ ਸੜਕਾਂ ਬਣਾਉਣ ਲਈ ਪੈਸਾ ਨਹੀਂ ਆਇਆ, ਪੰਜਾਬ ਦੇ ਅੰਦਰ ਕੋਈ ਐਕਸਟਰਾ ਕੰਮ ਕਰਨ ਲਈ ਪੈਸਾ ਨਹੀਂ ਆਉਂਦਾ। CCL ਪੰਜਾਬ ਦੇ ਕਿਸਾਨਾਂ ਦੀ ਜਿਹੜੀ ਪਾਲੀ ਹੋਈ ਫਸਲ ਹੈ ਉਹਨੂੰ ਕੇਂਦਰ ਖਰੀਦਦਾ ਹੈ ਤੇ ਉਹਦੇ ਖਜ਼ਾਨੇ ਵਜੋਂ ਪੈਸੇ ਆਉਂਦੇ ਜਿਹੜੇ ਕਿਸਾਨਾਂ ਦੇ ਖਾਤਿਆਂ 'ਚ ਜਾਂਦੇ ਆ। ਸੋ ਇਹ ਕੋਈ ਆਸਾਨ ਨਹੀਂ ਹੈ ਮੈਨੂੰ, ਮੈਂ ਸਮਝਦਾ ਵੀ ਐਵੇਂ ਇਹ ਬੱਚਿਆਂ ਵਾਲੀ ਗੱਲ ਹੈਗੀ ਆ। ਸੋ ਇਹ ਨਾ ਕੇਵਲ ਪੰਜਾਬ ਨੂੰ ਬਲਕਿ ਹਰਿਆਣੇ ਨੂੰ ਵੀ ਮਿਲਦੀ ਆ, 18,000 ਕਰੋੜ ਦੀ ਹਰਿਆਣੇ ਨੂੰ ਮਿਲਦੀ ਆ, ਬਾਕੀ ਵੀ ਕਈ ਸਟੇਟਾਂ MSP ਦੇ ਉੱਤੇ ਮਤਲਬ ਖਰੀਦੀਆਂ ਹੈਗੀਆਂ ਨੇ। ਸੋ ਇਹ ਜਿਹੜਾ ਕੇਂਦਰ ਨੇ ਪੈਸਾ ਦੇ ਦਿੱਤਾ, ਇਹ ਪੈਸਾ ਕੋਈ ਇਹਸਾਨ ਨਹੀਂ ਕੀਤਾ, ਪੰਜਾਬ ਦਾ ਨਾਜ਼ ਖਰੀਦ ਮਤਲਬ ਜਿਹੜਾ ਉਹ ਖਰੀਦ ਕੇ ਉਹ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ 'ਚ ਜਾਂਦਾ। ਸੋ ਮੈਂ ਸਮਝਦਾ ਵੀ ਇਹ ਪੈਸਾ ਜਿਹੜਾ ਹੈ ਉਹ ਪੰਜਾਬ ਦੇ ਕਿਸਾਨਾਂ ਦੀ ਕੋਈ ਆਸਾਨ ਨਹੀਂ ਹੈ, ਇਹ ਉਹ ਅਨਾਜ ਖਰੀਦਦੇ ਆ, ਉਸ ਖਰੀਦੇ ਹੋਏ ਅਨਾਜ ਦੇ ਪੈਸੇ ਦਿੱਤੇ ਜਾਂਦੇ ਆ। ਆੜਤੀਆਂ ਦਾ ਇੱਕ ਚੰਗਾ ਪੱਖ ਇਹ ਹੈ ਕਿ ਆੜਤੀਆਂ ਨੇ ਬਾਸਮਤੀ ਦੀ ਖਰੀਦ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ, ਔਰ ਮੈਂ ਫਿਰ ਵੀ ਮੈਂ ਪਰਸੋਂ ਵੀ ਕਿਹਾ ਸੀਗਾ, ਮੈਂ ਅੱਜ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਬਹੁਤ ਸਾਰੇ ਇਸ਼ੂ ਨੇ ਜੋ ਸਾਡੇ ਆੜਤੀ ਭਰਾਵਾਂ ਦੇ ਕੇਂਦਰ ਨਾਲ ਰਿਲੇਟਡ ਹੈ, ਸੇ ਨਾਲ ਰਿਲੇਟਡ ਹੈ। ਸੋ ਅਸੀਂ ਬੜੇ ਫਾਸਟ ਢੰਗ ਦੇ ਨਾਲ ਉਹ ਮੁੱਦੇ ਉਹਨਾਂ ਦੇ ਉਠਾ ਰਹੇ ਹਾਂ। ਸੋ ਗੱਲਬਾਤ ਅੱਜ ਵੀ ਚੱਲ ਰਹੀ ਹੈ, ਅਸੀਂ ਉਮੀਦ ਕਰਦੇ ਉਹਨਾਂ ਤੋਂ ਵੀ ਉਹ ਵੀ ਪੰਜਾਬ ਦੇ ਭਲੇ 'ਚ, ਕਿਸਾਨਾਂ ਦੇ ਭਲੇ 'ਚ ਆਪਣਾ ਕੋਈ ਠੀਕ ਫੈਸਲਾ ਲੈਣ। ਹਾਂ, ਉਹਨਾਂ ਨਾਲ ਵੀ ਚਰਚਾ ਚੱਲ ਰਹੀ ਹੈ। ਸੋ ਸਭ ਨੂੰ ਰਿਕੁਐਸਟ ਹੈ ਕਿ ਜਿਹੜੇ ਕੇਂਦਰ ਨਾਲ ਜੁੜੇ ਸਵਾਲ ਹੈ ਉਹ ਅਸੀਂ ਲਗਾਤਾਰ ਤੁਹਾਡੇ ਨਾਲ ਹਾਂ, ਉਹਦਾ ਪੱਤਰ ਵਿਹਾਰ ਵੀ ਕੀਤਾ ਜਾ ਰਿਹਾ, ਉਹਦਾ ਟੈਲੀਫੋਨ ਰਾਹੀਂ ਵੀ ਗੱਲਬਾਤ ਕੀਤੀ ਜਾ ਰਹੀ ਹੈ, ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਲਗਾਤਾਰ ਉਹ ਐਕਸਰਸਾਈਜ਼ ਚੱਲ ਰਹੀ ਹੈ। ਸੋ ਮੇਰੇ ਸਭ ਨੂੰ ਰਿਕੁਐਸਟ ਹੈ ਵੀ ਅਸੀਂ ਰਲ ਮਿਲ ਕੇ ਅਨਾਜ ਬੜੀ ਮਿਹਨਤ ਨਾਲ ਪਾਲ ਕੇ ਕਿਸਾਨਾਂ ਨੇ ਮੰਡੀ 'ਚ ਲੈ ਕੇ ਆਉਣਾ, ਸੋ ਕੋਈ ਦਿੱਕਤ ਨਾ ਆਵੇ ਇਹਦੇ ਲਈ ਅਸੀਂ ਸਾਰੇ ਜਣੇ ਮਤਲਬ ਰਲ ਮਿਲ ਕੇ ਯਤਨ ਕਰਾਂਗੇ। ਨਹੀਂ, ਜਿਹੜਾ ਤੇ MSP ਦੇ ਅਧੀਨ ਜਿਹੜੀ ਵੀ ਵਰਾਇਟੀ ਹੈ ਉਹ ਭਾਵੇਂ ਹੁਣ ਕਿਸੇ ਨੇ ਲਾ ਲਈ ਹੈ ਜਾਂ ਨਹੀਂ ਲਾਈ ਹੈ, ਉਹ ਤਾਂ ਅਸੀਂ ਕੱਲਾ ਦਾਣਾ ਪੰਜਾਬ ਦੀ ਮੰਡੀ ਚੱਕਾਂਗੇ।